ਇਹ ਪੁਰਾਣ ਜਿਹੜੇ ਲਿਖੇ ਗਏ ਆ 18 ਪੁਰਾਣ ਉਹਨਾਂ ਦੇ ਵਿੱਚ ਇਹ ਲਿਖਿਆ ਗਿਆ ਹੈ ਭਈ ਜਦੋਂ ਬੰਦਾ ਜਿਉਂ ਜਿਹਾ ਕਰਮ ਕਰਕੇ ਮਰ ਜਾਂਦਾ ਹੈ ਉਹੋ ਜਿਹੀ ਉਹਨੂੰ ਅਗਲੀ ਜੂਨ ਮਿਲ ਜਾਂਦੀ ਹੈ। ਇਹ ਪੁਰਾਣਾਂ ਦੀ ਫਿਲਾਸਫੀ ਹੈ, ਹਿੰਦੂ ਫਿਲਾਸਫੀ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਮੰਨਿਆ ਗਿਆ ਆ ਮਨੁੱਖ ਦਾ ਜਿਹੋ ਜਿਹਾ ਸੁਭਾਅ ਆ ਉਹੋ ਜਿਹੀ ਜੂਨ ਮੰਨੀ ਗਈ ਹੈ। ਜਿਸ ਤਰ੍ਹਾਂ ਗੁਰੂ ਅਰਜਨ ਪਾਤਸ਼ਾਹ ਜੀ ਦਾ ਇੱਕ ਸੰਸਕ੍ਰਿਤੀ ਸਲੋਕਾਂ ਦੇ ਵਿੱਚ ਸਲੋਕ ਹੈ, ਗੁਰਮੰਤਰਹੀਣ ਜੋ ਪ੍ਰਾਣੀ ਤ੍ਰਿਗੰਤ ਜਨਮ ਪ੍ਰਸਟਣ ਹੈ ਕੂਕਰ ਹੈ ਸੂਕਰ ਹੈ ਗਰਦਬ ਹੈ ਕਾ ਸਰਪਨ ਹੈ ਕਾਕੈ ਤੁਲਖਲ ਹੈ। ਜੇ ਅਸੀਂ ਗੁਰੂ ਦੇ ਉਪਦੇਸ਼ ਨੂੰ ਨਹੀਂ ਮੰਨਦੇ, ਜੇਕਰ ਅਸੀਂ ਸੱਚ ਨੂੰ ਨਹੀਂ ਮੰਨਦੇ ਤਾਂ ਸਾਡਾ ਜਨਮ ਕੁੱਤੇ ਵਰਗਾ ਹੈ, ਕੂਕਰ ਹੈ। ਕੁੱਤੇ ਦੇ ਵਿੱਚ ਕੀ ਔਗਣ ਹੁੰਦਾ ਆ, ਹਰ ਵੇਲੇ ਪੂਛ ਹਿਲਾਈ ਜਾਣੀ, ਦੇਖ ਕੇ ਲਾਲਚ ਕਰਨਾ, ਇਹ ਦੱਸਿਆ ਆ। ਜੇ ਸਾਡੇ ਅੰਦਰ ਉਹ ਕੁੱਤੇ ਦਾ ਸੁਭਾਅ ਆ ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਫਿਰ ਮਨੁੱਖਾ ਸਰੀਰ ਜ਼ਰੂਰ ਹੈ ਸਾਡਾ, ਪਰ ਅਸੀਂ ਜਿਹੜਾ ਜੀਵਨ ਉਹ ਕੁੱਤੇ ਵਾਲਾ ਬਿਤਾ ਰਹੇ ਹਾਂ। ਜਿੱਦਾਂ ਸੁਖਮਨੀ ਸਾਹਿਬ ਦੇ ਵਿੱਚ ਤੁਸੀਂ ਸਾਰੇ ਪੜ੍ਹਦੇ, ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ। ਸਾਡੀਆਂ ਕਰਤੂਤਾਂ ਪਸ਼ੂਆਂ ਨਾਲੋਂ ਵੀ ਜਾਨਵਰਾਂ ਨਾਲੋਂ ਵੀ ਗਿਰੀਆਂ ਹੋਈਆਂ ਆ, ਪਰ ਸ਼੍ਰੇਣੀ ਸਾਡੀ ਮਨੁੱਖਾਂ ਵਾਲੀ ਹੈ। ਜਿਉਂ ਜਿਹਾ ਮਨੁੱਖ ਦਾ ਸੁਭਾਅ ਹੈ ਉਹੋ ਜਿਹੇ ਮਨੁੱਖ ਦੀ ਜੂਨ ਮੰਨੀ ਗਈ ਹੈ। ਇਸ ਜਨਮ ਤੋਂ ਪਹਿਲਾਂ ਦਾ ਜਨਮ ਕੀ ਸੀ ਅਤੇ ਅਗਲਾ ਜਨਮ ਕੀ ਹੈ ਇਹਦੇ ਬਾਰੇ ਕੋਈ ਵੀ ਨਹੀਂ ਜਾਣ ਸਕਿਆ, ਨਾ ਕੋਈ ਅਗਲਾ ਜਨਮ ਹੈ। ਇੱਕ ਦੱਜੇ ਇੱਕ ਦੱਬੀਏ, ਇੱਕ ਨਾ ਕੁੱਤੇ ਖਾਹੇ, ਇੱਕ ਪਾਣੀ ਵਿੱਚ ਉਸਟੀਏ, ਇੱਕ ਨਾ ਪੀ ਹੱਸਣ ਪਾਹੇ, ਨਾਨਕ ਏਵ ਨਾ ਜਾਪੇ ਕਿੱਥੇ ਜਾਹੇ ਸਮਾਹੇ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਵੀ ਮਰਨ ਤੋਂ ਬਾਅਦ ਆਪਣੇ ਆਪਣੇ ਇਹ ਸੰਸਕਾਰਾਂ ਅਨੁਸਾਰ, ਆਪਣੇ ਆਪਣੇ ਧਰਮ ਅਨੁਸਾਰ ਬੰਦੇ ਦੇ ਸਰੀਰ ਨੂੰ ਕੋਈ ਦਫਨਾ ਦਿੰਦਾ, ਕੋਈ ਸੰਸਕਾਰ ਕਰ ਦਿੰਦਾ ਹੈ, ਪਰ ਮਨੁੱਖ ਜਾਂਦਾ ਕਿੱਥੇ ਹੈ ਇਹ ਕੋਈ ਵੀ ਨਹੀਂ ਦੱਸ ਸਕਦਾ। ਹਾਂ, ਇੱਕ ਗੱਲ ਪੱਕੀ ਜਾਣਨੀ, ਲਿਖ ਲਈਓ, ਪਾਂਚ ਤੱਤ ਮੈਂ ਤਨ ਰਚਿਓ, ਜਾਣੋ ਚਤੁਰ ਸਜਾਂ, ਜੈਂ ਤੇ ਉਪਜਿਓ ਨਾਨਕਾ, ਲੀਨ ਤਾਹੇ ਮੈਂ ਮਾਨ। ਮਾਤਾ ਪਿਤਾ ਦੇ ਸੰਯੋਗ ਰਾਹੀਂ ਪੰਜ ਤੱਤ ਜੁੜੇ ਆ ਅਤੇ ਜਨਮ ਹੋ ਗਿਆ, ਪੰਜ ਤੱਤ ਬਿਖਰ ਗਏ ਅਤੇ ਮੌਤ ਹੋ ਗਈ। ਪਵਣੇ ਮੈਂ ਪਵਣ ਸਮਾਇਆ, ਜੋਤੀ ਮੈਂ ਜੋਤਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਣ ਵਾਲੇ ਕੀ ਕਵਣ ਟੇ, ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਬਹਿ ਆ। ਅਗਲੀ ਕਿਛ ਖਬਰ ਨਾ ਪਾਈ, ਰੋਵਣ ਹਾਰ ਵੀ ਉਸਦਾ ਅਗਲੀ ਕੋਈ ਖਬਰ ਨਹੀਂ। ਇਸ ਕਰਕੇ ਜਿਉਂ ਜਿਹੇ ਮਨੁੱਖ ਦਾ ਸੁਭਾਅ ਹੈ ਉਹੀ ਜੇ ਜੂਨ ਮੰਨੀ ਜਾਂਦੀ ਹੈ, ਇਸ ਤੋਂ ਬਾਅਦ ਕੋਈ ਜਨਮ ਨਹੀਂ। ਵਰਤਮਾਨ ਵਿੱਚ ਵਰਤਦਾ ਹੋਣ ਹਾਰ ਸੋਈ ਪਰਵਾਣਾ, ਜੋ ਵਰਤਮਾਨ ਨੂੰ ਅਕਸੈਪਟ ਕਰਦਾ ਹੈ, ਇਸ ਨੂੰ ਸੁਧਾਰਦਾ ਹੈ, ਉਹਦਾ ਆਉਣ ਵਾਲਾ ਸਮਾਂ ਜਿਹੜਾ ਉਹ ਸੁਧਰ ਜਾਂਦਾ ਹੈ। ਜਿਹਦਾ ਵਰਤਮਾਨ ਸੁਧਰ ਗਿਆ ਉਹਦਾ ਪਾਸਟ ਵੀ ਸੁਧਰਿਆ ਆ ਅਤੇ ਉਹਦਾ ਫਿਊਚਰ ਵੀ ਸੁਧਰਿਆ ਹੈ, ਕਿਉਂਕਿ ਵਰਤਮਾਨ ਜਿਹੜਾ ਪ੍ਰੈਜੈਂਟ ਉਹਨੇ ਹੀ ਪਾਸਟ ਬਣਨਾ ਹੈ ਅਤੇ ਉਹਨੇ ਫਿਊਚਰ ਬਣਨਾ। ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਆਪਣੇ ਵਰਤਮਾਨ ਨੂੰ ਅਸੀਂ ਸੰਭਾਲੀਏ ਅਤੇ ਸਾਡੀ ਮਨੁੱਖਾ ਜੂਨ ਹੈ। ਹਾਂਜੀ, this morning session I said that Sikhi is about the here and the now, and that the Vedic philosophies of the 4000 years were about life after death. That's a spirituality which is focused on and overly concerned with what happens after death. Sikhi is a spirituality which is concerned with what happens in the here and the now. Now the concept of reincarnation will have to be redefined. That was the question.
So in the Vedic philosophies of 4,000 years, reincarnation is defined in what happens to you after we die. The kind of life forms we take. That's the starting point that Professor Gyaniji just now made. That the belief is, after death, the reincarnated soul will take a form, whatever animal form or human form, depending on what you did or what we did, I did in my present life. The Sikhi does not accept that. Sikhi has redefined it. And let me tell you how it's done. The reincarnation of Sikhi is in the here and in the now. Can I say that one more time? Grab it, because this is the essence of Sikhi. The reincarnation of Sikh spirituality is in the here, in the now. While you are sitting here and I am sitting here in this room, we have gone through reincarnations God knows how many times. We have reincarnated. So what is the meaning of Joon? First of all, you need to understand what is the meaning of life form, and then we can understand what reincarnation is. Over there, in the Vedic sense, life form is a cockroach, a mouse, a rat, a cat, whatever it is. In Sikhi, the Joon, it's a mindset. The Sikhi Joon, Sikhi reincarnation is moving from one mindset to another. Now, when we adopt a human mindset and think like human beings, we are in the human Joon. When we let go of the human mindset and we adopt animalistic mindsets, that's the second verse that Ganiji read just now. Sukar hai, kukar hai, gard hai. Sukar, pig, kukar, dog, gard, donkey. Now this is not a talk about what happens after life. These things are life forms that happen to us here and now in our human life. We behave like donkeys, we behave like animals, we behave like all sorts of things, so we reincarnate. And this happens all the time in our system, in our mindsets. So let's define what is a donkey's reincarnation, or what is a donkey Joon. Nanak se nar asal khar. That they say, for 4,000 years ago, you will become a donkey if you did A, B, C and D. Guru Nanak says, no, we are becoming donkeys right in the present life, here. Nanak se nar. Nanak, Guru Nanak. Nar is human. So Guru Nanak is saying, that human mind, that human person, oh nar, oh naru, oh manukh. Dekho, mare hoye manukh di gal ni, jyonde manukh di gal. Nanak se nar asal khar. Asal, authentic, original. Khar, donkey. In other words, the physical donkey is an imitated donkey. Because we cannot be a physical donkey. The real donkey of concern, asal khar da paav hai, the real donkey of concern to our spirituality. Now we become that when the mindset becomes a mindset of a donkey. What is the mindset of a donkey? Read the second part of the verse. J, if, when, Veda Gona, without any virtues, garb karant, garb hankar, homba ego. If somebody is in a state of egoistic personality, if someone is egoistic, in a mindset of egoistic, in the absence of any virtues, then that human being has reincarnated into a donkey in this life form while alive. Now, if this is not a revolutionary redefinition of a Joon, I don't know what it is. This is what is revolutionary. We are lab kutta kur chuda thag khata murda. Now, you want to find out what is the mindset of a dog? Let me give you this verse. Jinnah sadkur purkh na sevyo. Jinnah sadkur purkh na sevyo. People who are not on the spiritual endeavors. Sadhana kito vichar. And they have not endeavored in their spiritual lives to even understand or discuss or discourse on the Shabad of the Guru. Oe manas joon na akheo. Is this a talk about here and now?
Or is this a talk about after we die? Oye manas joon na aankhyo. Manas, human. Do not even think that we are in the human joon. In other words, we have already reincarnated into what? Oye manas joon na aankhyan pasu tor gavar. We have already reincarnated. So we are reincarnating in the present life, in the here and in the now. अन्न खाना कपड़ पहनने दिया रस अन्न पोगाड़ी जन दिए सो चेतना आवई. In other words, the sense of appreciation to the creator is missing. पशु होकर जाए, then I reincarnate. At that point of time when I have that mindset, तो मेरी सोचनी इस पत्थर ते गिर गई है. करतूत पशु की मानस जात. My life is of a human. But very, very sochani, my thinking, my mindset has degenerated, has degraded to an animalistic life form. Then I have reincarnated while alive in my human life into animalistic life form. Bani says, Naru mare nar kamna yave, pasu mare das kaaj savare. When humanity, naru humanity, jado saate vich, saate manukha de vich manukhta khatam ho jandi hai, naru marai, manukhta margi, humanity dies. If your mindset is of a dead humanity paradigm, a mindset that has no place for humanity, inu kehde naru marai. Naru marai nar kaam na aave. Jado meri manukhta mar gayi, fir main inna de koi kaam nahi. ਤੇ ਤੁਹਾਡੇ ਵੀ ਕੋਈ ਕੰਮ ਨਹੀਂ. ਨਰੂ ਮਰੇ ਨਰ ਕਾਮ ਨਾ ਆਵੇ. ਸਮਵਨ ਵਿਦ ਅ ਮਾਈਂਡ ਸੈਟ ਆਫ ਅ ਡੈਡ ਹਿਊਮੈਨਿਟੀ ਇਸ ਆਫ ਐਬਸੋਲਿਊਟ ਜ਼ੀਰੋ ਯੂਜ਼ ਟੂ ਅਦਰ ਹਿਊਮਨ ਬੀਇੰਗਸ. ਇਜ਼ਨਟ ਦੈਟ ਵਾਟ ਸਪਿਰਿਚੁਅਲਿਟੀ ਇਜ਼? ਵੀ ਵਾਂਟ ਟੂ ਬੀ ਯੂਜ਼ਫੁਲ ਟੂ ਅਦਰ ਹਿਊਮਨ ਬੀਇੰਗਸ, ਟੂ ਮੈਨਕਾਈਂਡ. ਨਰੂ ਮਰੇ ਨਰ ਕਾਮ ਨਾ ਆਵੇ, ਪਸ਼ੂ ਮਰੇ ਦਸ ਕਾਜ. ਹਾਂ ਬੋਲ ਦਿਓ ਪੰਕਤੀ. ਪਸ਼ੂ ਮਰੇ ਦਸ ਕਾਜ ਸਵਾਰੇ. ਦਸ ਕਾਜ ਸਵਾਰੇ. ਜਦੋਂ ਮੇਰੇ ਵਿੱਚੋਂ ਇਹ ਪਸ਼ੂ ਮਰਦੇ ਆ, ਹੁਣ ਮਤਲਬ ਪਸ਼ੂ ਮੇਰੇ ਬਾਅਦ ਦੀ ਗੱਲ ਕਿ ਹੁਣ ਦੀ ਗੱਲ ਹੈ? ਮਰ ਕੇ ਪਸ਼ੂ ਮਾਰਨੇ ਆ ਕਿ ਹੁਣ ਮੈਂ ਜਿਉਂਦੇ ਨੇ ਪਸ਼ੂ ਮਾਰਨੇ ਆ? ਇਹ ਪਿਆਰਿਓ, ਮੇਰੇ ਮਨ ਦੇ ਵਿੱਚ ਇਹ ਪਸ਼ੂ ਬੈਠੇ. ਇਹ ਬਿਰਤੀਆਂ ਦੇ ਨਾਮ ਹੈ, ਮਾਈਂਡਸੈਟ ਦੇ ਨਾਮ. ਪਸ਼ੂ ਮਰਿਆ ਦਸ ਕਾਜ ਸਵਾਰੇ. ਅਗਰ ਅਜੇ ਵੀ ਸਮਝ ਨਹੀਂ ਆਈ ਤਾਂ ਅਗਲੀ ਪੰਕਤੀ ਹੈ, ਆਪਣੇ ਕਰਮ ਕੀ ਗੱਲ ਮੈਂ ਕਿਆ ਜਾਣੋ ਬਾਬਾ ਨੇ. ਇਹ ਪਸ਼ੂ ਜਿਹੜੇ, ਇਹ ਮੇਰੇ ਕਰਮਾਂ ਦੀ ਗੱਲ ਹੈ, ਇਹ ਪਸ਼ੂ ਮੇਰੇ ਮਾਈਂਡਸੈਟ ਦੀ ਗੱਲ ਹੈ. ਮੇਰੇ ਪਸ਼ੂਆਂ ਵਾਲੇ ਕਰਮ ਨੇ, ਮੇਰੇ ਪਸ਼ੂਆਂ ਵਾਲੇ ਲੱਛਣ ਹੈ, ਮੇਰੇ ਪਸ਼ੂਆਂ ਵਾਲਾ ਕਿਰਦਾਰ ਹੈ. ਰੀਇਨਕਾਰਨੇਸ਼ਨ ਤਾਂ ਹੋ ਹੀ ਜਾਂਦੀ ਆ ਪਿਆਰਿਓ, ਹੁਣੇ ਹੋ ਹੀ ਜਾਂਦੀ. ਸਵੇਰ ਦੇ ਉੱਠੋਂ ਤੋਂ ਲੈ ਕੇ ਸ਼ਾਮ ਤੱਕ ਸਾਡੀ ਰੀਇਨਕਾਰਨੇਸ਼ਨ ਹੁੰਦੀ ਪਈ ਹੈ. ਐਂਡ ਦਿਸ ਇਜ਼ ਅਬਾਊਟ ਮਾਈਂਡਸੈਟ. ਨਾਓ ਇਹਦੇ ਅਰਥ ਤੁਸੀਂ ਵੈਦਿਕ 'ਤੇ ਜਾਓਗੇ ਨਾ, ਆਹ ਜਿਹੜੀ ਪੰਕਤੀ ਮੈਂ ਬੋਲੀ ਆ, ਯੂ ਨੋ ਵਟ ਇਜ਼ ਦਾ ਮੀਨਿੰਗ ਦੇ ਅਦਰ ਸਾਈਡ? When a man dies, he is of no use to other human being. When an animal dies, he is got 10 uses. Pasu mare, 10 kaaj sware. Eh, ona di kahani hai. Chalo, main keh danna ke jadon koi gaan majh mardi hai, te ohde 10 fayde sanu ho sakde. Ganao 10 mainu. Koi mari nu kha luga, koi chamda vart luga, koi khad bana ke dab duga. Tin tak main pahunchda, chautha ta mainu koi aunda nahi. Dasso bhai, koi chautha tuhanu koi aunda hove? ਵੱਡੇ ਵੱਡੇ ਸਿਆਣੇ ਸਾਇੰਸਦਾਨ ਅਤੇ ਡਾਕਟਰ ਵਕੀਲ ਬੈਠੇ ਹੋ, ਅਜੇ ਤੱਕ 3 ਤੱਕ ਪਹੁੰਚੇ ਹਾਂ, 10 ਤੱਕ ਬੜੀ ਦੂਰ ਤੱਕ ਪਹੁੰਚਣਾ. ਇੱਥੋਂ ਹੀ ਰੱਦ ਕਰ ਦਿਓ ਉਹਨਾਂ ਦੇ ਡੈਫੀਨੇਸ਼ਨ ਜਿਹੜਾ ਤੁਸੀਂ ਸਵਾਲ ਪੁੱਛਿਆ ਸੀ. ਨਾਓ ਟਮੋਰੋ ਯੂ ਗੋ ਐਂਡ ਆਸਕ ਯੋਰ ਗੈਨੇਜੀ ਟੂ ਸਿੰਗ ਦਿਸ ਸ਼ਬਦ ਐਂਡ ਲੁੱਕ ਐਟ ਦ ਸਕਰੀਨ. ਦ ਸਕਰੀਨ ਵਿਲ ਸੇ ਵੈਨ ਅ ਮੈਨ ਡਾਈਸ ਇਜ਼ ਨੋ ਯੂਜ਼ ਟੂ ਅਦਰ ਮੈਨ, ਬਟ ਵੈਨ ਅ ਐਨੀਮਲ ਡਾਈਸ ਇਜ਼ 10 ਟਾਈਮਸ ਯੂਜ਼ਫੁਲ ਟੂ ਅਦਰ ਮੈਨ. ਵਟ ਯੂਜ਼ ਇਜ਼ ਅ ਡੈਡ ਕਾਕਰੋਚ, ਟੈਲ ਮੀ? ਵਟ ਯੂਜ਼ ਇਜ਼ ਅ ਡੈਡ ਰੈਟ? ਚੂਹਾ ਮਰਿਆ 10 ਕਾਜ ਸਵਾਰ ਦਾ, ਕੋਈ ਕਾਕਰੋਚ ਮਰਿਆ, ਕੋਈ ਗਧਾ ਮਰਿਆ 10 ਕਾਜ ਸਵਾਰੂਗਾ? ਓਏ ਪਿਆਰਿਓ, ਇਹ ਰੈਵੋਲੂਸ਼ਨਰੀ ਰੀਡੈਫੀਨੇਸ਼ਨ ਹੈ. ਐਂਡ ਦਿਸ ਇਜ਼ ਦੀ ਔਥੈਂਟਿਕ ਥਿੰਗ. ਵੈਨ ਹਿਊਮੈਨਿਟੀ ਡਾਈਜ਼ ਇਨਸਾਈਡ ਮੀ, ਆਈ ਐਮ ਆਫ ਨੋ ਯੂਜ਼ ਟੂ ਐਨੀਬਾਡੀ. ਬਟ ਵੈਨ ਆਈ ਰੀਇਨਕਾਰਨੇਟ ਇਨ ਟੂ ਦੀ ਐਨੀਬਲਿਸਟਿਕ, ਆਈ ਬਿਕਮ ਈਵਨ ਡੇਂਜਰਸ. ਬਟ ਵੈਨ ਦ ਰੀਇਨਕਾਰਨੇਸ਼ਨ ਬਿਕਮਸ ਰੀਇਨਕਾਰਨੇਟਡ ਦੀ ਹਿਊਮੈਨਿਟੀ, ਪਸ਼ੂ ਮਰੈ 10 ਕਾਜ ਸਵਾਰ ਹੈ. ਲੈਟ ਮੀ ਸੇ ਦਿਸ, ਇਨ ਦਿਆ ਫਿਲੋਸਫੀ there are 8.4 billion life forms outside there after you die. 84 lakh, 84 vi main ganti kiti hoye, chalo 84 keh lo,
85 ਬਣਾ ਲਓ 86 ਬਣਾ ਲਓ, ਉਹ ਕਹਿੰਦੇ ਨਾ ਕਿ ਇਹ ਸਾਰੀਆਂ ਜੂਨਾਂ ਮਰਨ ਤੋਂ ਬਾਅਦ ਹੈ। ਅਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸੱਚੇ ਸਿੱਖਾ ਇਹ ਇਨਸਾਨ ਇਹ 84 ਲੱਖ ਜੂਨਾਂ ਸਾਡੇ ਮਨ ਅੰਦਰ ਇੱਕ ਚਿੜੀਆ ਘਰ ਬਣ ਕੇ ਬੈਠੀਆਂ ਹੋਈਆਂ। ਦੈਟ ਇਜ਼ ਅ ਜ਼ੂ ਆਫ 8.4 billion ਲਾਈਫ ਫੋਰਮਸ ਸਿਟਿੰਗ ਰਾਈਟ ਇਨਸਾਈਡ ਅਸ ਹੀਅਰ ਐਂਡ ਨਾਓ। ਦਿਸ ਇਜ਼ ਵਾਟ ਇਟ ਇਜ਼। But to give you a final shabad that will make it all clear, I hope, ke pasuan te ehdi reincarnation di gall ch honi hai, because reincarnation in Gurbani language is avagavan, reincarnation, yeah, avagavan. Now this word is going to come in this verses, Govind hum aise aparadhi, oh God, we are this kind of sinless. Aparadh means sin, the things that we do wrong, the things that we think wrong. Actually jada paap hunda na oh sochni da jada hissa hunda, paap is with the mind, crime jurm jada oh hatha na karida, paap man na karida, apradh man na karida. Govind hum aise aparadhi jin prab jiyo pind tha diya, jis akal purakh ne mainu eh sharir te jeevan ditta, ਤਿਸ ਕੀ ਭਾਓ ਭਗਤ ਨਾ ਸਾਧੀ ਰਹਾਓ। ਦਿਸ ਇਜ਼ ਦ ਟਾਈਟਲ ਵਰਸ ਆਫ ਦਿਸ ਸ਼ਬਦ। ਆਈ ਹੈਵ ਨੋਟ ਡਨ ਦ ਰਾਈਟ ਥਿੰਗਸ, ਆਈ ਹੈਵ ਨੋਟ ਪੋਜੈਸਡ ਦ ਰਾਈਟ ਮਾਇੰਡ ਸੈਟਸ, ਆਈ ਡੂ ਨੋਟ ਮੈਸ਼ਰ ਦ ਰਾਈਟ ਥੋਟਸ ਇਨ ਮਾਈ ਸੈਲਫ, ਆਲ ਦੀਸ ਆਰ ਮਾਈ ਪ੍ਰੋਬਲਮਸ। ਰਹਾਓ ਪਰ ਧਨ, ਵਟ ਕਾਇੰਡ ਆਫ ਮਾਇੰਡ ਸੈਟ ਡੂ ਆਈ ਹੈਵ? ਪਰ ਹੁੰਦਾ ਪਰਾਇਆ, ਕਿਸੇ ਦੇ ਧਨ ਦੇ ਉੱਤੇ ਨਿਗਾਹ ਰੱਖੀ ਹੋਈ ਆ ਕਿ ਉਹਦਾ ਧਨ ਇੰਨਾ, ਉਹਦਾ ਘਰ, ਉਹਦਾ ਬਾਹਰ, ਉਹਦੇ ਮੇਰੀ ਨਿਗਾਹ ਰੱਖੀ ਹੋਈ ਆ, ਇਹ ਇੱਕ ਅਪਰਾਧ ਹੈ, ਇਹ ਇੱਕ ਪਾਪ ਹੈ, ਇਹ ਇੱਕ ਮਾਇੰਡ ਸੈਟ ਆ ਪਿਆਰਿਓ, ਇਹ ਇੱਕ ਜੂਨ ਹੈ। ਪਰ ਧਨ, ਪਰ ਧਨ ਸਰੀਰ ਜਿਹੜਾ ਮੇਰਾ ਨਹੀਂ, ਉਹ 'ਤੇ ਨਿਗਾਹ ਰੱਖੀ ਹੋਈ ਆ ਕਿ ਮੇਰਾ ਤਾਂ ਨਹੀਂ ਪਰ ਮੇਰਾ ਬਣਨਾ ਚਾਹੀਦਾ। ਪਰ ਧਨ, ਪਰ ਧਨ ਪਰਤੀ ਨਿੰਦਾ, ਸਾਰਾ ਜਿਹੜਾ ਮੇਰਾ ਵਿਚਾਰਧਾਰਾ, ਮੇਰਾ ਡਿਸਕੋਰਸ ਹੈ ਇਸ ਗੱਲ 'ਤੇ ਖੜਾ ਕਿ ਇਹ ਜਿਹੜਾ ਹੈਗਾ ਇਹਨੂੰ ਮੈਂ ਕਿਵੇਂ ਨਿੰਦਾ ਵਿੱਚ ਕਰਾਂ, ਇਹਨੂੰ ਡਾਊਨ ਕਿਵੇਂ ਕਰਾਂ, ਇਹ ਤਾਂ ਇਹ ਵੀ ਅਪਰਾਧ ਹੈ, ਇਹ ਮਾਇੰਡ ਸੈੱਟ ਹੈ। ਪਰ ਧਨ, ਪਰ ਧਨ ਪਰਤੀ ਨਿੰਦਾ, ਪਰ ਅਪਵਾਦ ਨਾ ਛੁੱਟੈ। ਜਿੰਨੀ ਸਾਡੀ ਬੋਲਚਾਲ ਹੈ ਨਾ, ਕਦੇ ਇਹਦੇ ਬਾਰੇ ਬਹਿ ਕੇ ਸੋਚਣਾ, 10% ਸਾਡੀ ਗੱਲ ਹੁੰਦੀ ਹੈ, 90% ਕਿਸੇ ਹੋਰ ਦੀ ਗੱਲ ਹੁੰਦੀ ਹੈ, ਸਾਡੀ ਜੀਭ ਦੇ ਉੱਤੇ, ਸਾਡੇ ਮਨ ਦੇ ਵਿੱਚ, ਇਹ ਮਾਇੰਡ ਸੈੱਟ ਆ। ਪਰ ਧਨ, ਪਰ ਧਨ ਪਰਤੀ ਦਿੰਦਾ, ਪਰ ਅਪਵਾਦ ਨਾ ਛੁੱਟੈ, ਆਵਾ ਗੌਣ ਹੋਤ ਹੈ ਫੁੱਲ ਫੁੱਲ। Reincarnation is happening at the wink of an eye, at every split second. As I'm talking, I'm reincarnating. As you are listening, you are reincarnating. A prasang na tute. So the whole purpose of spirituality is to break the cycle. We want to break the cycle so we can remain at the human, godly life mindset at all times, in the here and in the now. This is what is the meaning of redefined concept of 8.4, concept of reincarnation, a concept of June, and concept of, you know, reliving the life after we die. Ek gal nu kehna ke mainu is gal da pata nahi, eh daleri hai. And there's only one in my mind who has the courage, the spiritual courage, to say, I don't know what happens after that. Guru Nanak said that, and the verse was given to you just now, to us just now, by Gyaniji, okay? Kithe jai samaye, nobody knows exactly what happens. Chauthe paire rehn kai van jarya mitra, laavi aaya khet, another verse, Guru Nanak. This is about death. The farmer has come to harvest the field, which means we are going to die now. This is about death. Chauthe paire rehn kai van jarya mitra, laavi aaya khet, laavi the farmer. He has come to harvest the field, which means death has come to harvest life. What's the next verse? Jam, jam, pakad chalaya, vad jarya mitra, kise na deni pet. Nobody has ever been given the answer to where you go by even the Creator. In other words, nobody knows. No one knows about that.
Guru Nanak is admitting with that courage, and we are going around telling, we know where you're going to go, we know what's going to happen to you. ਇਹ ਉਹਨਾਂ ਬੇਦੀ ਲੋਕਾਂ ਦਾ ਵੈਦਿਕ ਲੋਕਾਂ ਦਾ ਇੱਕ ਸਭ ਤੋਂ ਵੱਡਾ ਗੱਪ ਹੈ, ਇੱਕ ਸਭ ਤੋਂ ਵੱਡਾ ਝੂਠ ਹੈ ਜਿਹੜੀ ਧਾਰਮਿਕ ਮਨੁੱਖਤਾ ਦੇ ਉੱਤੇ ਛਾਇਆ ਹੋਇਆ ਅਤੇ ਸਾਡੇ ਮਨ ਨੂੰ ਪਕੜਿਆ ਹੋਇਆ ਅਤੇ ਜਕੜਿਆ ਹੋਇਆ। ਦਿਸ ਇਜ਼ ਅਬਾਊਟ ਕੰਟਰੋਲ, ਐਂਡ ਗੁਰੂ ਨਾਨਕ ਹੈਜ਼ ਬ੍ਰੋਕਨ ਦ ਸ਼ੈਕਲਸ ਐਂਡ ਸੇਡ ਨੋ, ਯੂ ਡੋਂਟ ਹੈਵ ਟੂ ਵਰੀ, ਟੇਕ ਕੇਅਰ ਆਫ ਦ ਹੀਅਰ ਐਂਡ ਨਾਓ, ਐਂਡ ਵੀ ਡੋਂਟ ਨੋ ਵਟਸ ਗੋਇੰਗ ਟੂ ਹੈਪਨ ਆਫਟਰ ਦੈਟ, ਬਟ ਯੂ ਟੇਕ ਕੇਅਰ ਆਫ ਦ ਹੀਅਰ ਐਂਡ ਨਾਓ, ਵਟ ਐਵਰ ਹੈਪਨਸ ਆਫਟਰ ਦੈਟ ਇਜ਼ ਗੋਇੰਗ ਟੂ ਬੀ good, it cannot be not good.